ਨਾਲ ਤਾਂ ਰਲ ਮਿਲ ਕੰਮ ਕਰ ਲਈਦਾ ਹੁੰਦਾ ਹੈ ਤੇ ਨਾਲ ਇੱਕ ਦੂਜੇ ਦਾ ਖਿਆਲ ਰੱਖ ਲਓ ਰਲ ਮਿਲ ਕੇ। ਕੋਈ ਨਹੀਂ ਚਲ ਜਾਂਦੀ ਐ ਮੈਂ। ਹਾਂ ਹੁਣ ਇੱਥੇ ਨਾ ਇਹ ਲੰਮੀ ਪਈ ਰਹੀ, ਥੋੜਾ ਸਮਝਦਾਰੀ ਤੋਂ ਕੰਮ ਲਈਦਾ ਹੁੰਦਾ ਯਾਰ। ਹੈ ਚਲ ਜਾਊਂਗੀ ਗੁਰੂ। ਚਲੋ ਫਿਰ ਮੈਂ ਚੱਲਾ ਕੰਮ ਤੇ, ਫਿਰ ਖਿਆਲ ਰੱਖਿਓ ਆਪਣਾ। ਹੈ ਕਿੱਥੇ ਚੱਲੀ ਮੇਰੇ ਪੁੱਤ? ਮੈਂ ਚੱਲੀ ਆ ਮੰਮੀ ਥੱਲੇ ਕੰਮ ਕਰਨ। ਕੰਮ ਕਰਨ? ਬੜੀ ਸੋਹਣੀ ਮੈਂ ਬੈਠੇ ਸੀਗੇ। ਹਾਂ ਕਿਤੇ ਬੈਠ ਉੱਥੇ। ਤੂੰ ਕੀ ਕੰਮ ਕਰਨਾ? ਮੈਂ ਤੇ ਇੱਥੇ ਬੈਠੀ ਹੋਈ ਸੀ, ਲੰਮੀ ਪਈ ਹੋਈ ਸੀਗੀ। ਹੂੰ ਤੇ ਆ ਕੇ ਜਨਾਬ ਹੁਣੀ ਕਹਿੰਦੇ ਭਾਬੀ ਥੱਲੇ ਲੱਗੀ ਉਹ ਕੱਲੀ ਕੰਮ ਕਰਨ ਤੇ ਨਾਲ ਜਾ ਕੇ ਕਰਾ। ਕੋਈ ਨੀ ਕਰਦੀ ਰਹਿਣ ਦੇ, ਆਰਾਮ ਨਾਲ ਤੂੰ ਬੈਠ ਇੱਥੇ। ਸਕੀਮ ਤਾਂ ਮੈਂ ਬਹੁਤ ਵਧੀਆ ਸੋਚੀ ਆ, ਪਰ ਜੇ ਤੂੰ ਧੁਰ ਚੜਾਵੇਂ ਤਾਂ ਫੇਰ ਹੀ ਆ। ਮੰਮੀ ਤੁਸੀਂ ਦੱਸੋ ਤਾਂ ਸਹੀ ਕਿਹੜੀ ਸਕੀਮ ਆ? ਕੋਈ ਨੀ ਦੱਸਦੀ ਆ, ਕੁਛ ਸੁਣ ਵੀ ਨਾ ਲਵੇ।